पासे सरकार अते प्रशासन वल्लों कोरोना वायरस की चेन नूं तोड़न लई अंथक यतन करदिआं होइआं लोकां नूं इस महामारी संबंधी जागरूक किया जा रहा है। उते ही दूजे पासे कुछ लोकां वल्लों इस बीमारी नूं अजे भी हल्के विच ही लिया जा रहा है ते लोक बिना किसी काम काज तों घर तों बाहर निकल रहे ने, जिस तहत अज हुशियारपुर पुलिस वल्लों कार्रवाई करदिआं होइआं सवेर समय सड़कां ते होर थावां ते सैर करन वाले लोकां नूं गिरफ्तार करके ਉਹਨਾਂ ਤੇ ਮਾਮਲੇ ਦਰਜ ਕੀਤੇ ਗਏ ਨੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ SHO ਇੰਸਪੈਕਟਰ ਗੋਬਿੰਦਰ ਕੁਮਾਰ ਬੰਟੀ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਅਤੇ ਜ਼ਿਲ੍ਹਾ ਪੁਲਿਸ ਮੁਖੀ ਗੌਰਵ ਗਰਗ ਦੇ ਦਿਸ਼ਾ ਨਿਰਦੇਸ਼ਾਂ ਤੇ ਉਹਨਾਂ ਵੱਲੋਂ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਸਵੇਰ ਸਮੇਂ ਜੋ ਲੋਕ ਸੜਕਾਂ ਤੇ ਸੈਰ ਕਰ ਰਹੇ ਸਨ ਉਹਨਾਂ ਨੂੰ ਤੁਰੰਤ ਕਾਬੂ ਕਰਕੇ RG ਜੇਲ੍ਹ ਲਾਜਵੰਤੀ ਸਟੇਡੀਅਮ ਵਿਖੇ ਪਹੁੰਚਾਇਆ ਗਿਆ ਤੇ ਉਹਨਾਂ ਤੇ ਮਾਮਲੇ ਵੀ ਦਰਜ ਕੀਤੇ ਗਏ। ਉਹਨਾਂ ਲੋਕਾਂ ਨੂੰ ਅਪੀਲ ਕਰਦਿਆਂ ਹੋਇਆਂ ਕਿਹਾ ਕਿ ਕੋਰੋਨਾ ਵਾਇਰਸ ਦੀ ਚੇਨ ਨੂੰ ਤੋੜਨ ਲਈ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਨੂੰ ਸਹਿਯੋਗ ਦੇਣ। ਸਾਡੇ ਮਾਨਯੋਗ DC ਸਾਹਿਬ ਔਰ SSP ਸਾਹਿਬ ਦੀ ਗਾਈਡਲਾਈਨ ਦੇ ਆਧਾਰ ਦੇ ਉੱਤੇ ਅੱਜ ਸ਼ਹਿਰ ਵਿੱਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜਿਹੜੇ ਸਵੇਰ 5:30 ਦੇ ਕਰੀਬ ਇੱਕ ਸਪੈਸ਼ਲ ਮੁਹਿੰਮ ਚਲਾਈ ਗਈ, ਜਿਸ ਦੇ ਤਹਿਤ ਜਿਹੜੇ ਆਮ ਪਬਲਿਕ ਦੇ ਲੋਕ ਸੜਕਾਂ ਉੱਪਰ ਸੈਰ ਕਰ ਰਹੇ ਸੀ ਉਹਨਾਂ ਨੂੰ ਰਾਊਂਡ ਅਪ ਕੀਤਾ ਗਿਆ ਔਰ ਉਹਨਾਂ ਰਾਊਂਡ ਅਪ ਕਰਕੇ ਓਪਨ ਜੇਲ੍ਹ ਲਾਜਵੰਤੀ ਸਟੇਡੀਅਮ ਵਿਖੇ ਬਾਊਂਡ ਕੀਤਾ ਗਿਆ। ਇਹ ਮੈਂ ਆਮ ਲੋਕਾਂ ਅੱਗੇ ਫਿਰ ਅਪੀਲ ਕਰਦਾ ਹਾਂ ਕਿ ਲੋਕਡਾਊਨ ਨੂੰ ਬ੍ਰੇਕ ਨਾ ਕਰੋ। ਸ਼ਹਿਰ ਵਾਸੀ ਇਹ ਕਰੋਨਾ ਵਾਇਰਸ ਨੂੰ ਮਜ਼ਾਕ ਨਾ ਸਮਝੋ, ਇਹ ਬੜੀ ਇੱਕ ਗੰਭੀਰ ਸਮੱਸਿਆ ਹੈ ਜਿਹੜੀ ਦਿਨ ਬ ਦਿਨ ਵੱਧਦੀ ਜਾ ਰਹੀ ਹੈ। ਸਰ ਕਿੰਨੇ ਕੁ ਅਸੀਂ ਕਿਸਮਤ ਵਾਲੇ ਹਾਂ ਵੀ ਸਾਡਾ ਸ਼ਹਿਰ ਹਜੇ ਠੀਕ ਠਾਕ ਹੈ, ਲੇਕਿਨ ਫਿਰ ਵੀ ਇਸ ਤੋਂ ਇਹਤਿਆਤ ਰੱਖਣ ਦੀ ਲੋੜ ਹੈ। ਸਰ ਕਿੰਨੇ ਕੁ ਜਣੇ ਅਸੀਂ ਸਵੇਰੇ ਜਿਹੜੇ ਸੈਰ ਕਰ ਰਹੇ ਸੀ? ਤਕਰੀਬਨ 17-18 ਬੰਦੇ ਅਸੀਂ ਰਾਊਂਡ ਅਪ ਕੀਤੇ। ਸਰ ਉਹਨਾਂ ਦੀ ਅਗਲੀ ਕੀ ਕਾਰਵਾਈ ਮਤਲਬ ਹੋ ਰਹੀ? ਉਹਨਾਂ ਦੀ ਅਗਲੀ ਕਾਰਵਾਈ ਉਹਨਾਂ ਨੂੰ ਓਪਨ ਜੇਲ੍ਹ 'ਚ ਛੱਡਿਆ ਗਿਆ ਹੈ, ਅੱਗੇ ਜੋ ਗਾਈਡਲਾਈਨ ਸਾਡੇ ਨੂੰ ਜਾਰੀ ਹੋਈਆਂ ਉਹਦੇ ਮੁਤਾਬਕ ਕਾਰਵਾਈ ਕਰ ਰਹੇ ਹਾਂ। ਬਿਊਰੋ ਰਿਪੋਰਟ, Vision Punjab TV. News updates and entertainment videos. Please subscribe our channel. For all latest notification, don't forget to press the bell icon.